ਮਨੁੱਖਤਾ ਦੇ ਰਹਿਬਰ, ਮੈਨੂੰ ਤੁਹਾਨੂੰ ਪਿਆਰ ਦਾ ਸੁਨੇਹਾ ਦੇਣ ਵਾਲੇ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵਿਸ਼ਵ ਭਰ 'ਚ ਸ਼ਰਧਾ ਕੀਰਤ ਨਾਲ ਮਨਾਇਆ ਜਾ ਰਿਹਾ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ। ਸਮੁੱਚਾ ਇਲਾਕਾ, ਸਮੂਹ ਸੰਗਤਾਂ ਬੜੇ ਉਤਸ਼ਾਹ ਨਾਲ ਚੱਲ ਰਹੀਆਂ ਔਰ ਸੰਗਤਾਂ ਸੇਵਾਵਾਂ ਵਿੱਚ ਯੋਗਦਾਨ ਪਾ ਰਹੀਆਂ। ਅੱਜ ਬਹੁਤ ਵੱਡੀ ਲੋੜ ਹੈ, ਵਿਸ਼ਵ ਪੱਧਰ 'ਤੇ ਜੇ ਸ਼ਾਂਤੀ ਚਾਹੁੰਦੇ ਹਾਂ, ਪੀਸ ਚਾਹੁੰਦੇ ਹਾਂ, ਅਤੇ ਗੁਰੂ ਨਾਨਕ ਸਾਹਿਬ ਜੀ ਦਾ ਮੁੱਕਾ ਇੱਕ ਓਅੰਕਾਰ, ਇਹਨੂੰ ਸਮਝ ਲਈਏ, ਸਾਰਿਆਂ ਨੂੰ ਪਿਆਰ ਨਾਲ ਜਿਉਣਾ ਆ ਜਾਏਗਾ। ਗੁਰੂ ਨਾਨਕ ਦੇ ਬਾਣੀ ਜਿਉਣਾ ਸਿਖਾਉਂਦੇ ਆ, ਕਰਮ ਕਾਂਡ ਤੋਂ ਮੁਕਤ ਕਰਕੇ ਗਿਆਨ ਦਾ ਮਾਰਗ ਦਿੰਦੇ ਆ। ਸੋ ਅੱਜ ਲੋੜ ਹੈ ਬਹੁਤ ਵੱਡੀ ਕਿ ਸੰਸਾਰ ਨੂੰ ਗੁਰੂ ਨਾਨਕ ਸਾਹਿਬ ਦੀਆਂ ਅਨਮੋਲ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾਵੇ। ਸੋ ਅੱਜ ਪਹਿਲੇ ਪਾਤਸ਼ਾਹ ਜੀ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਦੀ ਇਸ ਦੁਨੀਆਂ 'ਤੇ ਆਉਣ ਦੀ ਖੁਸ਼ੀ ਦੇ ਵਿੱਚ ਜਿਹੜਾ ਅੱਜ ਨਗਰ ਕੀਰਤਨ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਪੂਰਾ ਸਰਹੰਦ ਹੁੰਦਾ ਹੋਇਆ ਸਾਰੇ ਇਲਾਕੇ ਦੇ ਵਿੱਚ ਕਿ ਦੁਆਰਾ ਜੋਤੀ ਸਰੂਪ ਸਾਹਿਬ ਆ ਕੇ ਜੀ ਦੀ ਸਮਾਪਤੀ ਹੋ ਗਿਆ। ਅੱਜ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿਉਂਕਿ ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹਨੂੰ ਸੰਗਤਾਂ ਮਨਾ ਰਹੀ ਆ। ਮਿੱਟੀ ਤੋਂ ਜਗ ਚਾਚਣ ਹੋਇਆ ਸਤਿਗੁਰ ਨਾਨਕ ਪ੍ਰਗਟੇ ਆ, ਮਿੱਟੀ ਤੋਂ ਚਾਨਣ ਹੋਇਆ ਅਤੇ ਮਹਾਂਵਾਤ ਅਨੁਸਾਰ ਅੱਜ ਬੜਾ ਹੀ ਉਤਸ਼ਾਹ ਦੇ ਨਾਲ ਜਿਹੜੀਆਂ ਸੰਗਤਾਂ ਨੇ ਉਹ ਇਹ ਦਿਹਾੜਾ ਮਨਾ ਰਹੀਆਂ ਨੇ। ਮੈਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ। ਸਿੱਖ ਧਰਮ ਦੇ ਬਾਨੀ ਜਗਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਦਿਹਾੜਾ ਜਿਹੜਾ ਕੱਲ੍ਹ ਨੂੰ ਮਨਾਇਆ ਜਾ ਰਿਹਾ, ਅੱਜ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰਾਂ ਦੇ ਵਿੱਚ ਪਰਿਕਰਮਾ ਕਰਦਾ ਹੋਇਆ, ਨਗਰਾਂ ਦੇ ਵਿੱਚ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਸਮਾਪਤ ਹੋਣਾ, ਜਿੱਥੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਿਰਤ ਕਰਨ ਦਾ, ਨਾਮ ਜਪਣ ਦਾ, ਵੰਡ ਕੇ ਛਕਣ ਦਾ, ਪੂਜਾ ਅਕਾਲ ਕੀ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਬਖਸ਼ਿਸ਼ ਕੀਤਾ, ਉਹਦੇ ਨਾਲ ਬੇਅੰਤ ਬਾਣੀ ਜਿਹੜੀ ਆ ਰਚਨਾ ਸਤਿਗੁਰੂ ਪਾਤਸ਼ਾਹ ਨੇ ਕੀਤੀ। ਦਸੇ ਜਾਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਵਿਚਰ ਕੇ ਸਾਨੂੰ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਲੜਦਾ ਆ ਕਿ ਅਸੀਂ ਸ਼ਬਦ ਨੂੰ ਪੜ੍ਹ ਕੇ ਵਿਚਾਰ ਕੇ ਅਤੇ ਮੰਨ ਕੇ ਆਪਣਾ ਜਿਹੜਾ ਜ਼ਿੰਦਗੀ ਆ ਉਹਨੂੰ ਸਫਲ ਕਰ ਸਕਦੇ ਆ। ਜਿੱਥੇ ਮੈਂ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈ ਦਿੰਦਾ ਕਿ ਸੰਗਤਾਂ ਇਸੇ ਤਰ੍ਹਾਂ ਉਤਸ਼ਾਹ, ਸ਼ਰਧਾ, ਪਿਆਰ, ਸਤਿਕਾਰ ਦੇ ਨਾਲ ਇਹ ਮਹਾਨ ਗੁਰਪੁਰਬ ਦਿਹਾੜਾ ਜਿਹੜਾ ਇਸੇ ਤਰ੍ਹਾਂ ਮਨਾਉਂਦੀਆਂ ਰਹਿਣ। ਬਹੁਤ ਹੀ ਅੱਜ ਖੁਸ਼ੀ ਦੀ ਗੱਲ ਹੈ ਕਿ ਇਸ ਨਗਰ ਕੀਰਤਨ ਦਾ ਸਵਾਗਤ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਅਸੀਂ ਇਸ ਥਾਂ ਦੇ ਉੱਤੇ ਕਰ ਰਹੇ ਹਾਂ ਔਰ ਮੈਂ ਇਹ ਸਮਝਦਾ ਕਿ ਸਾਰੀਆਂ ਗੱਲਾਂ ਜਿਹੜੀਆਂ ਨਿਰਾਰਥਕ ਰਹਿ ਜਾਂਦੀਆਂ ਜਦੋਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਹਾਂ। ਬਸ ਮੈਂ ਤਾਂ ਇੱਕੋ ਸ਼ਬਦ ਕਹੂੰਗਾ, ਧੰਨ ਗੁਰੂ ਨਾਨਕ ਤੇਰੀ ਪਾਇਆ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪਾਂ ਦੇ ਰੋਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹਰ ਸਾਹਿਬ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਾਵਨ ਪਵਿੱਤਰ ਅਸਥਾਨਾਂ ਤੋਂ ਨਗਰ ਕੀਰਤਨ ਆਰੰਭ ਹੁੰਦੇ ਹਨ, ਜਿਨ੍ਹਾਂ ਦੀਆਂ ਸਮਾਪਤੀਆਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਸੰਧਿਆ ਵਕਤ ਹੁੰਦੀਆਂ ਹਨ। ਔਰ ਕੱਲ੍ਹ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਹਨ, ਜਿਨ੍ਹਾਂ ਦੇ ਭੋਗ ਕੱਲ੍ਹ ਨੂੰ 15 ਤਰੀਕ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਾਏ ਜਾਣਗੇ ਔਰ ਉਪਰੰਤ ਸਾਰਾ ਦਿਨ ਪਾਵਨ ਪਵਿੱਤਰ ਗੁਰਮਤਿ ਸਮਾਗਮ ਹੋਣਗੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਦਿੱਤੀਆਂ ਹੋਈਆਂ ਪਾਵਨ ਪਵਿੱਤਰ ਸਿੱਖਿਆਵਾਂ ਨੂੰ ਆਪਾਂ ਆਪਣੇ ਨਿੱਜ ਜੀਵਨ ਦੇ ਅੰਦਰ ਲਾਗੂ ਕਰੀਏ। ਚੱਲਦੇ ਹੋਏ ਸੰਸਾਰ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਨਾਮ ਬਾਣੀ ਦਾ ਛੱਟਾ ਦੇ ਕਰਕੇ ਚੱਲਦੇ ਹੋਏ ਸੰਸਾਰ ਨੂੰ ਸਤਿਗੁਰੂ ਜੀਆਂ ਨੇ ਠੰਡਾ ਕੀਤਾ।
ਐਸੇ ਦੀਨ ਦਿਆਲ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ।